ਪਿਛਲੀ ਵੀਡੀਓ ਵਿੱਚ ਆਪਾਂ ਗੱਲ ਕੀਤੀ ਸੀ ਕਿ ਇਹ ਚੀਨੀ ਤੋਂ ਆਪਣੇ ਸਰੀਰ ਵਿੱਚ ਕਿੰਨਾ ਨੁਕਸਾਨ ਹੁੰਦਾ ਹੈ ਅੱਜ ਆਪਾਂ ਤੁਹਾਡੇ ਨਾਲ ਗੱਲ ਕਰਾਂਗੇ ਕਿ ਆਪਾਂ ਨੂੰ ਕਿੰਨੀ ਚੀਨੀ ਖਾਣੀ ਚਾਹੀਦੀ ਹੈ ਤੇ ਚੀਨੀ ਤੇ ਗੁੜ ਵਿੱਚ ਕੀ ਫਰਕ ਹੈ ਤੇ ਆਪਾਂ ਨੂੰ ਚੀਨੀ ਹਰ ਗੁੜ ਵਿੱਚੋਂ ਕੀ ਯੂਜ਼ ਕਰਨਾ ਚਾਹੀਦਾ ਹੈ ਜੇ ਆਪਾਂ ਗੱਲ ਕਰੀਏ ਚੀਨੀ ਦੀ ਤੇ ਗੁੜ ਦੀ ਇਹਦੇ ਵਿੱਚ ਸੇਮ ਕੈਲਰੀਸ ਪਾਈ ਜਾਂਦੀਆਂ ਹੈ ਤੇ ਗੂੜ ਖਾਣ ਦਾ ਆਪਾਂ ਨੂੰ ਇਹ ਫਾਇਦਾ ਏ ਕਿ ਇਹਦੇ ਵਿੱਚ ਬਹੁਤ ਸਾਰੇ ਜਿਵੇਂ ਕਿ ਆਪ ਨੂੰ ਆਇਰਨ ਹੋ ਗਿਆ ਫਾਈਬਰ ਹੋ ਗਿਆ मिनਰਲਸ ਕੈਲਸ਼ੀਅਮ ਵਿਟਾਮਿਨਸ ম্যাগਨੀਸ਼ੀਅਮ ਪੋਟਾਸ਼ੀਅਮ ਸਾਰਾ ਕੁਝ ਆਪਾਂ ਨੂੰ ਗੂੜ ਵਿੱਚੋਂ ਮਿਲਦਾ ਏ ਜੋ ਕਿ ਚੀਨੀ ਵਿੱਚੋਂ ਆਪਾਂ ਨੂੰ ਕੁਝ ਵੀ ਨਹੀਂ ਮਿਲਦਾ ਇਹਦੇ ਨਾਲ ਕੀ ਹੁੰਦਾ ਏ ਜੇ ਆਪਾਂ ਗੂੜ ਖਾਂਦੇ ਆ ਚੀਨੀ ਦੀ ਜਗ੍ਹਾ ਤੇ ਤਾਂ ਆਪਣਾ ਡਾਈਜੈਸਟ ਸਿਸਟਮ ਬਹੁਤ ਵਧੀਆ ਰਹਿੰਦਾ ਏ ਤੇ ਇਸ ਨਾਲ ਇਮਿਊਨਿਟੀ ਆ ਆਪਣੀ ਬੂਸਟ ਹੁੰਦੀ ਆ ਜੇ ਕਿਸੇ ਨੂੰ ਕਬਜ ਦੀ ਪ੍ਰੋਬਲਮ ਹੈ ਤਾਂ ਉਹ ਦੂਰ ਹੁੰਦੀ ਆ ਲੀਵਰ ਦੀ ਪ੍ਰੋਬਲਮ ਦੂਰ ਹੁੰਦੀ ਆ ਤੇ ਬਲੱਡ ਨੂੰ ਵੀ ਪਿਉਰੀਫਾਈ ਕਰਦਾ ਆ ਜੋ ਕਿ ਚਿਨੀ ਕੁਝ ਵੀ ਨਹੀਂ ਕਰਦੀ ਇਹਦੇ ਆਪਾਂ ਨੂੰ ਨੁਕਸਾਨ ਹੀ ਨੁਕਸਾਨ ਹੈ ਤੇ ਜੇ ਆਪਾਂ ਗੱਲ ਕਰੀਏ ਡਾਇਬੀਟਿਸ ਦੀ ਤਾਂ ਚਿਨੀ ਤੇ ਗੁੜ ਦੋਨਾਂ ਤੋਂ ਹੀ ਆਪਾਂ ਨੂੰ ਜੇ ਕਿਸੇ ਨੂੰ ਡਾਇਬੀਟਿਸ ਹੈਗੀ ਆ ਤਾਂ ਪਰਹੇਜ਼ ਕਰਨਾ ਚਾਹੀਦਾ ਹੈ ਮਤਲਬ ਕਿ ਘੱਟ ਯੂਜ਼ ਕਰਨਾ ਚਾਹੀਦਾ ਹੈ ਚੀਨੀ ਦੇ 4-5 ਚਮਚੇ ਦਿਨ ਵਿੱਚ ਯੂਜ਼ ਕਰਨੇ ਚਾਹੀਦੇ ਹਨ ਥੈਂਕ ਯੂ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਥੈਂਕ ਯੂ